इस घर च उजाड़ पऊगा जाड़, कोई भी कन्या इस घर च नहीं आऊगी। हुण जदों तक पाले बाई दा ब्याह नहीं हुंदा साडा कित्थों होजूगा। ना तू इत्थे आ ना साल्या, तैनूं जमा कल्ली आई कि जे छोटे दा हो गया तां वड्डिआं नूं कौण पुछू। मैं चलिया देवी ते, अज शनिवार आ ना। ओ तू हर शनिवार चला जांदा, सोमवार नूं आउणा, तैनूं इक साल हो गया। ਤੁਹਾਡੀ ਭੈਣ ਦੀ ਆਜਾ ਆਜਾ ਬਈ, ਕਿੱਥੇ ਇੱਧਰੋਂ ਗਿਆ ਨੇ ਪੌੜੀਆਂ ਚੜ੍ਹ ਕੇ। ਇੱਕ ਵਾਰੀ ਪਾਪਾ ਦੀ ਤੁਸੀਂ ਖਾਓਗੇ, ਇੱਕ ਵਾਰੀ ਮੇਰੇ ਪੁੱਤ ਦੀ, ਇੱਕ ਵਾਰੀ ਇਹਦੇ ਚਾਚੂ ਦੀ। ਕਿਵੇਂ ਬਾਈ? ਜਵਾਕ ਤਾਂ ਤੇਰੇ ਤੀ ਗਿਆ ਓਏ, ਚੱਲ ਪੁੱਤ ਅੰਦਰ ਚੱਲ ਤੂੰ। ਤੁਸੀਂ ਕੌਣ? ਇੱਦਾਂ ਕਿੱਦਾਂ ਬਿਨਾਂ ਪੁੱਛੇ ਸਿੱਧਾ ਘਰ ਆ ਗਏ? ਇਹ ਤਾਂ ਤੁਸੀਂ ਆਪਣੇ ਹੁਣ ਪਤੀ ਪਰਮੇਸ਼ਰ ਦੀਪਾ ਜੀ ਤੋਂ ਹੀ ਪੁੱਛੋ ਕਿ ਕੌਣ ਆ ਮੈਂ। ਕੌਣ ਦੀਪਾ? ਇਹਨਾਂ ਦਾ ਨਾਮ ਗੁਰਪ੍ਰੀਤ ਆ। ਅੱਛਾ, ਤਾਂ ਤੁਹਾਡੇ ਕੋਲ ਪੂਰਾ ਨਾਮ ਰੱਖ ਕੇ ਰਹਿ ਰਹੇ ਨੇ। ਹਾਂਜੀ ਦੀਪਾ ਜੀ, ਦੱਸੋ ਭਰਜਾਈ ਨੂੰ ਕਿ ਮੈਂ ਤੁਹਾਡਾ ਲਾਡਲਾ ਦਿਓਰ ਹਾਂ। ਇਹ ਕੀ ਬੋਲ ਰਹੇ ਨੇ? ਤੁਸੀਂ ਕੁਝ ਬੋਲਦੇ ਕਿਉਂ ਨਹੀਂ? ਇਹ ਕਿੱਥੇ ਕੁਛ ਬੋਲੂ। ਲੱਗਦਾ ਤੁਹਾਡੇ ਦਿਓਰ ਸਾਹਮਣੇ ਨਹੀਂ ਬੋਲਣਾ ਇਹਨਾਂ ਨੇ, ਤੁਹਾਡੇ ਜੇਠ ਨੂੰ ਬੁਲਾਉਣਾ ਪੈਣਾ। ਚੱਲ ਬਈ ਉਹ ਸੁੱਕੇ। ਉਹ ਨਾ ਨਾ ਬਾਈ ਜੀ, ਐਂ ਨਾ ਕਰੀ ਯਾਰ, ਮੈਂ ਤੇਰੇ ਪੈਰ ਫੜਦਾ। ਐਂ ਨਾ ਕਰੀ ਯਾਰ। ਤੁਸੀਂ ਕਿਉਂ ਪੈਰ ਫੜਦੇ ਹੋ? ਦੱਸਦੇ ਕਿਉਂ ਨਹੀਂ ਮੈਨੂੰ ਕੁਝ? ਉਹ ਯਾਰ ਤੈਨੂੰ ਦੱਸ ਦਿੰਦਾ, ਆ ਜੱਗੀ ਮੇਰਾ ਛੋਟਾ ਭਾਈ ਆ, ਅਸਲ ਮੈਂ ਪਟਿਆਲੇ ਤੋਂ ਨਹੀਂ। ਮੈਂ ਤਾਂ ਪਟਿਆਲੇ ਦੇ ਨਾਲ ਲੱਗਦੇ ਪਿੰਡ ਰਾਜਗੜ੍ਹ ਤੋਂ ਹਾਂ। ਅਸੀਂ ਤਿੰਨ ਭਾਈ ਹਾਂ, ਅਤੇ ਮੈਂ ਇਹ ਗੱਲ ਘਰੇ ਨਹੀਂ ਦੱਸੀ ਵੀ ਕਿ ਮੇਰਾ ਵਿਆਹ ਹੋਇਆ ਵਿਆ, ਅਤੇ ਮੇਰੇ ਕੋਲ 4 ਸਾਲ ਦਾ ਮੁੰਡਾ ਵੀ ਆ। ਮੈਂ ਕਿਸੇ ਫੈਕਟਰੀ 'ਚ ਨਹੀਂ, ਮੈਂ ਤਾਂ ਘਰੇ ਗੋਹੇ ਕੂੜੇ ਦਾ ਕੰਮ ਕਰਦਾ। ਤੁਸੀਂ ਮੇਰੇ ਤੋਂ ਇੰਨਾ ਕੁਝ ਲੁਕੋ ਕੇ ਰੱਖਿਆ, ਪਰ ਕਿਉਂ? ਉਹ ਯਾਰ ਅਸਲ ਮੇਰਾ ਬੜਾ ਭਾਈ ਪਾਲਾ ਚਾਹੁੰਦਾ ਕਿ ਉਹਦੇ ਵਿਆਹ ਤੋਂ ਪਹਿਲਾਂ ਕਿਸੇ ਦਾ ਵਿਆਹ ਨਾ ਹੋਵੇ, ਅਤੇ ਜੇ ਉਹਨੂੰ ਪਤਾ ਲੱਗ ਗਿਆ ਨਾ ਮੇਰਾ ਵਿਆਹ ਹੋਇਆ, ਉਹ ਮੈਨੂੰ ਜਾਨੋਂ ਮਾਰ ਦੂ। ਉਹ ਤਾਂ ਬਾਈ ਤੂੰ ਹੁਣ ਉਹ ਵੀ ਗਿਆ, ਤੈਨੇ ਆਪਣੇ ਭਾਈਆਂ ਨਾਲ ਧੋਖਾ ਕੀਤਾ ਆ। ਭਾਬੀ ਤੂੰ ਵੀ ਗਈ, ਤੂੰ ਮੇਰੇ ਪਾਲੇ ਬਾਈ ਦੇ ਸੁਭਾਅ ਨੂੰ ਨਹੀਂ ਜਾਣਦੀ। ਉਹ ਜੱਗੀ ਐਂ ਨਾ ਕਰੀ ਯਾਰ, ਤੂੰ ਮੇਰਾ ਛੋਟਾ ਭਾਈ ਆ ਨਾ, ਨਾਲੇ ਯਾਰ ਮੈਂ ਤੇਰੀ ਭਾਬੀ ਰੂਪੀ ਅਤੇ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ, ਕਰ ਯਾਰ ਮੇਰੇ ਲਈ ਕੁਛ। ਚੱਲ ਠੀਕ ਆ ਫਿਰ, ਨਹੀਂ ਦੱਸਦਾ ਮੈਂ, ਮੈਂ ਤੇਰੇ ਲਈ ਇੰਨਾ ਕੁਛ ਕਰ ਰਿਹਾ ਤਾਂ ਤੈਨੂੰ ਵੀ ਮੇਰੇ ਲਈ ਕੁਛ ਕਰਨਾ ਪੈਣਾ। ਤਾਂ ਦੱਸ ਮੈਂ ਕੀ ਕਰਾਂ, ਮੈਂ ਤੇਰੇ ਲਈ ਹਰੇਕ ਕੰਮ ਕਰਨ ਨੂੰ ਤਿਆਰ ਹਾਂ। ਸਿੰਮੀ ਨਾਲ ਵਿਆਹ ਕਰਵਾ ਦੇ ਮੇਰਾ ਵੀ। ਇਹ ਨਹੀਂ ਹੋ ਸਕਦਾ ਬਾਈ, ਇਹ ਨਹੀਂ ਹੋ ਸਕਦਾ। ਚੱਲ ਫਿਰ ਠੀਕ ਆ, ਮੈਂ ਵੀ ਪਾਲੇ ਬਾਈ ਨੂੰ ਜਾ ਕੇ ਦੱਸ ਦਿੰਦਾ ਕਿ ਤੂੰ ਮਾਤਾ ਨੂੰ ਨਹੀਂ ਮੱਥਾ ਟੇਕਣ ਜਾਂਦਾ ਸ਼ਨੀ ਐਤਵਾਰ, ਤੂੰ ਤਾਂ ਆਪਣੀ ਘਰ ਵਾਲੀ ਅਤੇ ਆਪਣੇ ਮੁੰਡੇ ਨੂੰ ਮੱਥਾ ਟੇਕਣ ਜਾਂਦਾ। ਬਾਇਆ ਯਾਰ, ਇੱਕ ਤਾਂ ਤੈਨੂੰ ਜਾਣ ਦੀ ਗਾਲੀ ਹੋ ਰਹੀ ਆ, ਮੈਂ ਕੱਢਦਾ ਹੱਲ ਕੋਈ। ਹਾਂ ਹੁਣ ਬਣੀ ਆ ਗੱਲ, ਤੂੰ ਬੈਠ ਦਿਓ ਰਾ, ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆ। ਹਾਏ ਓ ਰੱਬਾ, ਮੈਂ ਤਾਂ ਤਰਸਿਆ ਪਿਆ ਤੂੰ ਆ ਬੋਲ ਸੁਣਨ ਵਾਸਤੇ। ਭਾਬੀ ਲਵ ਯੂ ਆ ਤੇਰੇ ਨਾਲ। ਉਹ ਭਰਜਾਈ ਵਾਲਾ ਲਵ ਯੂ ਆ। ਵੈਸੇ ਦੀਪੇ ਬਾਈ ਮੰਨਣਾ ਪਊਗਾ, ਤੂੰ ਬੜਾ ਜਗਾੜੀ ਨਿਕਲਿਆ ਹੋਵੇ, ਤੈਂ ਤਾਂ ਬਾਬੇ ਦੇ ਬੋਲ ਵੀ ਝੂਠੇ ਕਰਤੇ। ਉਹ ਕੋਈ ਬਾਬੇ ਦੇ ਬੋਲ ਝੂਠੇ ਝਾਠੇ ਨਹੀਂ ਕਰੇ, ਬਾਬੇ ਨੇ ਕਿਹਾ ਸੀ ਤੁਹਾਡੇ ਘਰੇ ਕੋਈ ਕੁੜੀ ਨਹੀਂ ਆ ਸਕਦੀ, ਆ ਤੇਰੇ ਸਾਹਮਣੇ ਮੈਂ ਤਾਂ ਆਪ ਕਿਰਾਏ ਦੇ ਘਰ 'ਚ ਰਹਿ ਰਿਹਾ, ਤੈਨੂੰ ਵੀ ਪੁੱਤੋ ਓਲੇ ਚੋਰੀ ਵਾਲੀ ਵਿਆਹ ਕਰਾਉਣਾ ਪਊ ਮੇਰੇ ਵਾਂਗੂ। ਨਾ 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 ਨਾ, ਆਪਾਂ ਤੋਂ ਆਹ ਓਲੇ ਚੋਰੀ ਵਾਲਾ ਕੰਮ ਨਹੀਂ ਹੁੰਦਾ, ਆਹ ਪਖੰਡ ਜੀ ਆਪਾਂ ਤੋਂ ਨਹੀਂ ਹੁੰਦੇ, ਆਪਾਂ ਤਾਂ ਜੋ ਵੀ ਕਰਾਂਗੇ ਜੱਗਰ ਕਰਾਂਗੇ ਸਭ ਦੇ ਸਾਹਮਣੇ। ਉਹ ਕਿਵੇਂ ਕਰਾਉਣਾ ਹੁਣ ਤੈਨੇ ਮੇਰਾ ਵਿਆਹ, ਉਹ ਤੂੰ ਦੇਖਣਾ ਆ। ਹਾਏ ਓ ਰੱਬਾ, ਕਿੱਥੇ ਫਸਾਤਾ ਮੈਂ। ਉਹ ਸੁੱਖੇ ਤੂੰ ਹੀ ਕੱਢ ਹੱਲ ਯਾਰ ਕੋਈ। ਪਾਲੇ ਪਾਈ ਚ ਤਾਂ ਵੱਜਨੇ ਬਹੁਤ ਆ। ਮੈਂ ਕਹਿੰਦਾ ਪੂਰਾ ਹੋ ਲਿਆ ਇਹ, ਖੜੀ ਖੜੀ ਯਾਰ ਖੜੀ। ਆਏ ਆਏ, ਕੀ ਹੋਇਆ? ਮੇਰਾ ਬਾਥਰੂਮ ਆ ਗਿਆ ਬਾਈ।
ਸਵਾਲ ਚੱਕਿਆ ਹੈ ਨਹੀਂ ਤੇਰਾ ਪਹਿਲੀ ਮੂਤ ਨਿਕਲ ਗਿਆ ਚਲ ਆਇਆ ਬਾਈ ਮੇਰਾ ਚੱਲ ਮੈਂ ਵੀ ਚੱਲਦਾ ਬਾਬਾ ਜਨਾ ਉਹ ਜਿਹਦਾ ਰਾਕਸ ਕੇ ਤੁਸੀਂ ਇੱਥੇ ਕੀ ਕਰਦੇ ਹੋ ਸਾਰੇ ਸੰਗ ਗਏ ਸਾਲਾ ਮੰਜਾ ਇੱਥੇ ਨਹੀਂ ਪਿਆ ਦੀ ਸਾਲਾ ਨੀਂਦ ਦਾ ਕਿਹੜਾ ਪਤਾ ਲੱਗਦਾ ਕਿੰਨੀ ਕੁ ਆਜੇ ਬੰਦੇ ਨੂੰ ਮਰਨ ਵਾਲੀ ਕੰਮ ਆ ਪੈ ਕੇ ਕਿਹੜਾ ਪਤਾ ਰਹਿੰਦਾ ਕੀ ਆ ਯਾਰ ਫੇਲ ਆ ਤੇਰਾ ਬੰਦਾ ਤਾਂ ਜਮੀਨ ਲੰਡਰ ਪਲਾਨ ਨਿਕਲਿਆ ਤੇਰਾ ਮਰਵਾ ਦਿੱਤੇ ਤੈਨੇ ਅਸੀਂ ਫਿਰ ਕੀ ਹੋ ਗਿਆ ਯਾਰ ਜੇ ਸੁੱਤਾ ਪਿਆ ਨਹਿਰ 'ਚ ਨਹੀਂ ਗਿਰਿਆ ਗਿਆ ਜੇ ਪਲੈਨ ਲੰਡਰ ਨਿਕਲ ਗਿਆ ਤੁਸੀਂ ਮੇਰਾ ਅਗਲਾ ਪਲੈਨ ਸੁਣੋ ਆਹ ਸੜਾ ਦੱਸ ਹਾਂ ਤੇ ਗੱਲ ਕੌਣ ਕਰੂੰਗਾ ਕੁੜੀ ਦੀ ਬਾਜ ਹਾਂ ਉਹ ਗੱਲ ਸੁਣ ਲਾ ਜੇ ਤੇਰਾ ਇਹ ਪਲੈਨ ਵੀ ਲੰਡਰ ਨਿਕਲ ਗਿਆ ਨਾ ਤਾਂ ਤੂੰ ਤਾਂ ਮੈਨੂੰ ਆਪਣਾ ਮੂੰਹ ਵੀ ਨਾ ਦਿਖਾਈ ਤੂੰ ਤਾਂ ਮੇਰਾ ਯਾਰ ਕਹਾਣ ਦੇ ਲਾਇਕ ਵੀ ਨਹੀਂ ਹੈਗਾ ਫਿਰ ਤੁਸੀਂ ਹੁਣ ਐਂ ਦੱਸੋ ਕੁੜੀ ਦੀ ਆਵਾਜ਼ ਕੌਣ ਕੱਢੂਗਾ ਕੁੜੀ ਦੀ ਆਵਾਜ਼ ਕੌਣ ਕੱਢੂ ਆ ਦੇ ਆ ਕੱਢੂ ਹੋ ਜਾ ਜੱਗੀ ਤਿਆਰ ਉਹ ਬਾਈ ਮੈਥੋਂ ਮੁੱਥੋਂ ਨਹੀਂ ਕੱਢੀ ਜਾਂਦੀ ਮੈਥੋਂ ਨਹੀਂ ਆਹ ਕੰਮ ਹੋਣਾ ਨਾ ਓਏ ਵਿਆਹ ਕਿਹਨੇ ਕਰਾਉਣਾ ਮੈਂ ਬਸ ਫਿਰ ਕੱਢ ਆਵਾਜ਼ ਮੈਨੂੰ ਤਾਂ ਬਾਈ ਜਦੀ ਫੜ ਲੂ ਮੇਰੀ ਤਾਂ ਆਵਾਜ਼ ਕੱਟੇ ਵਰਗੀ ਆ ਟਰਾਈ ਕਰ ਕਹੀਂ ਹੈਲੋ ਪਾਲਾ ਕਹਿ ਹੈਲੋ ਪਾਲੇ ਨਹੀਂ ਨਹੀਂ ਇੱਕ ਮਿੰਟ ਹੁਣ ਬੋਲ ਹੈਲੋ ਪਾਲੇ ਕੀ ਕਰਦਾ ਹਾਏ 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 ਹਾਂ ਟੰਡ ਉਹ ਗੱਲ ਸੁਣ ਲਾ ਓਏ ਜੇ ਤੇਰਾ ਇਹ ਪਲਾਨ ਵੀ ਲੰਡਰ ਨਿਕਲ ਗਿਆ ਤਾਂ ਤੇਰੇ ਡੰਗ ਮੈਂ ਫੇਰੂੰਗਾ ਫੇਰ ਲਈ ਜਿਹੜੀ ਤੂੰ ਡੰਗ ਫੇਰਨੀ ਆ ਚਲੋ ਓਏ ਚਲ ਓਏ ਦੇਖੀ ਜੇ ਹੋ ਜਾ ਭੈਣ ਹੁਣ ਦਰੀ ਦੂਰੀ ਜੇ ਨਾ ਸਵੇਰੇ ਸਵੇਰੇ ਕਿਹਦਾ ਫੋਨ ਆ ਗਿਆ ਹੈਲੋ ਹੈਲੋ ਸਾਲਾ ਪਹਿਲੀ ਵਾਰ ਕਿਸੇ ਕੁੜੀ ਦਾ ਫੋਨ ਤੁਸੀਂ ਉਹੀ ਬੋਲਦੇ ਹੋ ਨਾ ਜੀ ਜਿਹੜੇ ਸਾਡੇ ਘਰ ਅੱਗੇ ਦੀ ਹੌਂਡਾ ਸਿਟੀ ਚ ਲੰਘਦੇ ਹੁੰਨੇ ਹੋ ਹਾਂਜੀ ਉਹੀ ਆ ਮੈਂ ਤੁਸੀਂ ਕੌਣ ਮੈਂ ਰਾਣੀ ਬੋਲਦੀ ਆ ਜੀ ਰਾਣੀ ਬਹੁਤ ਸੋਹਣਾ ਨਾਮ ਆ ਜੀ ਦੇਖਿਓ ਤੁਹਾਡੀ ਟੌਸ਼ ਕਿੰਨੀ ਨੇ ਨਾ ਮੇਰੀ ਤਾਂ ਜਾਨ ਹੀ ਕੱਢ ਲਈ ਬਹੁਤ ਸੋਹਣੇ ਮੱਛਪਟ ਗੱਭਰੂ ਹੋ ਤੁਸੀਂ ਤਾਂ ਮੈਂ ਤਾਂ ਮਸਾ ਨੰਬਰ ਲਿਆ ਤੁਹਾਡਾ ਫਿਰ ਜਿਹਨੇ ਨੰਬਰ ਦਿੱਤਾ ਉਹਨੇ ਨਾਮ ਨਹੀਂ ਦੱਸਿਆ ਦੱਸਿਆ ਤਾਂ ਹੈਗਾ ਪਰ ਇੱਕ ਵਾਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੀ ਹਾਂ ਕਿਉਂ ਨਾਮ ਕਾਹਤੋਂ ਨਹੀਂ ਲੈ ਸਕਦੇ ਇੱਦਾਂ ਨਾਂ ਨਹੀਂ ਨਾ ਲੈ ਸਕਦੀ ਮੈਂ ਮੇਰੇ ਸਿਰ ਦੇ ਸਾਈ ਦਾ ਮੇਰਾ ਮਤਲਬ ਸਮਝਿਆ ਕਰੋ ਚੰਗਾ ਜੀ ਫਿਰ ਮੇਰਾ ਪਾਪਾ ਆ ਗਿਆ ਮੈਂ ਫੋਨ ਰੱਖਦੀ ਹਾਂ ਹਾਏ ਰਾਣੀਏ ਪੱਤਾ ਮਾਰਤਾ ਪੰਡੇ ਨੂੰ ਬਾਈ ਇਹ ਦਾਲ ਤਿਆਰ ਆ ਤੁਸੀਂ ਬੈਠੋ ਰੋਟੀ ਲੈ ਕੇ ਆਉਂਦਾ ਮੈਂ ਜੱਗੀ ਤੇਰੇ ਹੱਥ ਦੀਆਂ ਰੋਟੀਆਂ ਖਾ ਕੇ ਨਾ ਅੱਕ ਗਏ ਹੁਣ ਤਾਂ ਤੇਰੀ ਭਰਜਾਈ ਲਿਆਣੀ ਪਊ ਮੈਂ ਤਾਂ ਲੱਭ ਲਈ ਤੁਸੀਂ ਵੀ ਲੱਭ ਲਓ ਹੈ ਬਾਈ ਕਿੱਥੇ ਖੋ ਰਹੇ ਹੋ ਉਹ ਸਿੰਮੀ ਹੁਣ ਤਾਂ ਮੈਨੂੰ ਤੇਰੇ ਦਿਨ 'ਚ ਵੀ ਸੁਪਨੇ ਆਉਣ ਲੱਗ ਗਏ ਸਿੰਮੀ ਹੁਣ ਤਾਂ ਆਪਣਾ ਵਿਆਹ ਬਹੁਤ ਛੇਤੀ ਹੋ ਜਾਣਾ ਹੈ ਸੱਚੀ ਹਾਂ ਸੱਚੀ ਤੂੰ ਕਰ ਲਾ ਆਪਣੇ ਭਾਪੇ ਨਾਲ ਗੱਲ ਮਤਲਬ ਤੇਰੇ ਡੈਡੀ ਨਾਲ ਹਾਏ ਜੱਗੇ ਤਾਂ ਤੁਸੀਂ ਕਮਾਲ ਹੀ ਕਰਤੀ ਉਹ ਮੈਂ ਕਾਹਨੂੰ ਕਮਾਲ ਕਰੀ ਆ ਇਹ ਤਾਂ ਰਾਣੀ ਦਾ ਕਮਾਲ ਆ ਰਾਣੀ ਇਹ ਰਾਣੀ ਕੌਣ ਹੈ ਸਿੰਮੀ ਤੂੰ ਮੇਰੇ 'ਤੇ ਨਾ ਸ਼ੱਕ ਕਰ ਇਹ ਤਾਂ ਤੇਰੇ ਬੜੇ ਜੇਠ ਦੀ ਘਰ ਵਾਲੀ ਆ ਉਹ ਮਤਲਬ ਤੇਰੀ ਜਠਾਣੀ ਨਿਬੜ ਗਿਆ ਬਾਈ ਤੇਰਾ ਅੱਖਾਂ ਦਾ ਨਿਬੜ ਗਿਆ ਬਾਈ ਇੱਕ ਗੱਲ ਦੱਸ ਤੂੰ ਦੋਹੇ ਪਾਸੇ ਮੈਨੇਜ ਕਿਵੇਂ ਕਰਦਾ ਸੀਗਾ ਮਤਲਬ ਹਫ਼ਤੇ 'ਚ ਤੈਨੂੰ ਦੋ ਦਿਨ ਸਿਰਫ ਭਰਜਾਈ ਨਾਲ ਬਿਤਾਉਣ ਨੂੰ ਮਿਲਦੇ ਸੀਗੇ
वह तेनों कदे पुछदी नहीं सी भी तू पंज दिन की करता रहना है। वो यार इचकी बड़ी गल थी, उन्होंने भी तो मैं हुण तक बहाने जे रखिया। उन्होंने मैं क्या पंज दिन तो मेरे फैक्टरी जे लंघ जाते हैं, दो दिन मैं उत्थे वग जाता थी। बाकी वो खुद एक स्कूल टीचर आ, घर का खर्चा तो सारा उही चकदी आ। ओए हाय भाई तेनू फिर नज़ारे ने। ਬਾਈ ਦਾ ਫੋਨ ਆ ਗਿਆ। ਪੱਲੇ ਬਾਈ ਦਾ ਚੱਕ ਚੱਕ। ਹੈਲੋ, ਕੀ ਹਾਲ ਨੇ ਰਾਣੀਏ? ਵਧੀਆ ਨੇ ਮੇਰੇ ਸਿਰ ਦੇ ਸਾਈ, ਤੁਸੀਂ ਦੱਸੋ। ਬਸ ਤੈਨੂੰ ਹੀ ਯਾਦ ਕਰੀ ਜਾਂਦਾ। ਅੱਛਾ, ਜੇ ਇੰਨੀ ਯਾਦ ਆਉਂਦੀ ਹੈ ਤਾਂ ਵਿਆਹ ਕਰਵਾ ਲਓ। ਹਾਏ, ਆਹ ਗੱਲ ਕਹਿ ਕੇ ਤਾਂ ਤੂੰ ਮੇਰੀ ਜਾਨ ਕੱਢ ਲਈ। ਦੱਸ ਕਿਹੜਾ ਪਿੰਡ ਆ ਤੇਰਾ, ਮੈਨੂੰ ਤਾਂ ਤੇਰਾ ਥਾਂ ਟਿਕਾਣਾ ਨਹੀਂ ਪਤਾ। ਦੱਸ ਕਿੱਥੇ ਦੀ ਆ ਤੂੰ? ਕੋਈ ਨਾ, ਉਹ ਵੀ ਹੋ ਜਾਊਗਾ। ਪਰ ਮੈਂ ਸੁਣਿਆ ਤੁਸੀਂ ਤਿੰਨ ਭਾਈ ਹੋ, ਤਿੰਨਾਂ ਚੋਂ ਕਿਸੇ ਦਾ ਵੀ ਵਿਆਹ ਨਹੀਂ ਹੋਇਆ। ਤੈਨੂੰ ਕਿਸ ਤੋਂ ਪਤਾ ਲੱਗਿਆ? ਸੂਤਰਾਂ ਤੋਂ। ਤੁਸੀਂ ਕੀ ਲੈਣਾ, ਤੁਸੀਂ ਮੈਨੂੰ ਇਹੋ ਜਿਹੇ ਛੜਿਆਂ ਦੇ ਘਰ 'ਚ ਲਿਆਉਣਾ ਚਾਹੁੰਦੇ ਹੋ? ਨਾ ਨਾ, ਮੈਨੂੰ ਤਾਂ ਡਰ ਲੱਗਦਾ ਉਹਨਾਂ ਤੋਂ। ਤੁਸੀਂ ਪਹਿਲਾਂ ਉਹਨਾਂ ਦੇ ਵਿਆਹ ਕਰਵਾਓ, ਪਹਿਲਾਂ ਉਹ ਆਪਦੀਆਂ ਘਰ ਵਾਲੀਆਂ ਜੋਗੇ ਹੋਣ, ਫਿਰ ਤੁਸੀਂ ਮੇਰੇ ਨਾਲ ਵਿਆਹ ਕਰਾਉਣ ਬਾਰੇ ਸੋਚਿਓ ਭਾਈ। ਲੈ ਲੈ, ਇਹ ਕੀ ਗੱਲ ਕਰਦੀਆਂ? ਜੱਗੀ ਨੇ ਤਾਂ ਆਪਦੇ ਵਾਸਤੇ ਲੱਭ ਰੱਖੀ ਆ, ਜਿਹੜਾ ਮੇਰਾ ਛੋਟਾ ਭਾਈ ਆ। ਰਹੀ ਗੱਲ ਧੀਪੇ ਦੀ, ਉਹਨੂੰ ਕੋਈ ਵਿਆਹੀ ਥਿਆਈ ਲੱਭ ਦਾਂਗੇ। ਚਲੋ ਠੀਕ ਹੈ ਜੀ, ਮੇਰਾ ਪਾਪਾ ਆ ਗਿਆ। ਉਹ ਇੱਕ ਤਾਂ ਤੇਰਾ ਪਾਪਾ ਰਾਣੀਏ, ਇਹ ਨਹੀਂ ਲੋਟ ਆਉਂਦਾ। ਉਹ ਮੁੰਡੇ ਹੋ, ਉਰੇ ਆਓ। ਇੱਥੇ ਬਹਿ ਜਾਓ। ਹਾਂ ਬਾਈ। ਉਹ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕੀ ਬਾਈ? ਹਾਂਜੀ ਬਾਈ। ਉਹ ਮੈਂ ਕਾਫੀ ਸੋਚਿਆ, ਸੋਚਣ ਤੋਂ ਬਾਅਦ ਇੱਕ ਫੈਸਲਾ ਲਿਆ ਕਿ ਇਸ ਘਰ 'ਚ ਔਰਤ ਦਾ ਹੋਣਾ ਜ਼ਰੂਰੀ ਆ। ਇਸ ਲਈ ਤੁਹਾਡੇ ਭਾਈ ਨੇ ਤੁਹਾਡੇ ਲਈ ਭਰਜਾਈ ਲੱਭ ਲਈ। ਪਰ ਬਾਈ, ਪਹਿਲਾਂ ਤਾਂ ਸਾਡਾ ਹੋਣਾ ਚਾਹੀਦਾ, ਮੇਰਾ ਮਤਲਬ ਛੋਟੇ ਦਾ। ਕਿਉਂ ਬਾਈ, ਛੋਟੇ ਦਾ ਕਿਉਂ ਹੋਣਾ ਚਾਹੀਦਾ? ਬਾਈ ਇਹਨੇ ਤਾਂ ਲੱਭ ਰੱਖੀ ਆ। ਓਏ ਹਾਂ, ਇਹ ਤਾਂ ਮੈਨੂੰ ਪਤਾ, ਇਹ ਲੱਭੀ ਬੈਠਾ। ਇਸ ਲਈ ਮੇਰੀ ਗੱਲ ਸੁਣੋ ਜੱਗੀ, ਤੂੰ ਮਨਾ ਲਾ ਕੁੜੀ ਵਾਲਿਆਂ ਨੂੰ, ਆਪਾਂ ਕਰਾ ਦਾਂਗੇ ਤੇਰਾ ਵਿਆਹ। ਉਹ ਤੂੰ ਵੀ ਲੱਭ ਲਾ ਦੀਪੇ ਆਪਦੇ ਵਾਸਤੇ, ਜੇ ਨਹੀਂ ਮਿਲਦੀ ਤਾਂ ਕੋਈ ਵਿਆਹੀ ਸਿਆਹੀ ਲੱਭ ਲਾ। ਹੁਣ ਮੈਂ ਆਪਣਾ ਵਿਆਹ ਤੁਹਾਡੇ ਵਿਆਹ ਤੋਂ ਬਾਅਦ ਹੀ ਕਰਾਊਂਗਾ। ਓ ਬਾਈ, ਆਹ ਗੱਲ ਕਰਕੇ ਤਾਂ ਨਾ ਤੈਨੇ ਮੇਰਾ ਦਿਲੇ ਜਿੱਤ ਲਿਆ। ਚਲੋ ਚੱਕੋ ਫਿਰ। ਉਹ ਮੈਨੂੰ ਨਹੀਂ ਸਾਲਿਓ, ਪੈਗ ਚੱਕੋ। ਹਾਂ ਬਾਈ, ਤੁਸੀਂ ਲਾਓ। ਲੈ ਬਾਈ। ਉਹ ਚੱਲ ਜੱਗੀ, ਉੱਠ। ਉਹ ਜੱਗੀ, ਉੱਠ ਜੱਗੀ, ਉੱਠ। ਹਾਂ ਬਾਈ, ਮੈਂ ਕਹਿ ਦੂੰਗਾ ਸਿੰਮੀ ਨੂੰ, ਉਹ ਮਨਾ ਲੂਗੀ ਆਪਣੇ ਘਰਦਿਆਂ ਨੂੰ। ਪੁੱਤਰਾ ਦਿਮਾਗ ਸੈੱਟ ਆ, ਕੀ ਬੋਲੀ ਜਾਂਦਾ? ਆਸ਼ਕੀ ਵਾਲਾ ਭੂਤ ਉਤਾਰ ਦੇ ਆਪਣੇ ਸਿਰ ਤੋਂ, ਨਹੀਂ ਫਿਰ ਮੈਂ ਉਤਾਰੂ, ਤੈਨੂੰ ਪਤਾ ਹੀ ਆ ਮੇਰਾ। ਚੱਲ ਉੱਠ, ਨਹਾ ਧੋ ਲੈ, ਰੋਟੀ ਬਣਾ ਛੇਤੀ। ਚੰਗਾ ਬਾਈ, ਤਾਂ ਮੇਰੀਆਂ ਜੜਾਂ 'ਚ ਬਹਿ ਗਿਆ ਪਾਲਾ। ਆਇਓ ਰੱਬਾ, ਤੂੰ ਵੀ ਸੁਪਨੇ ਦਿਖਾਈ ਜਾਂਦਾ। ਆ ਬੈਠਾ ਮੇਰਾ ਛੋਟਾ ਭਾਈ। ਉਹ ਪਤੰਦਰਾ, ਉਹ ਛੱਡ ਵਿਆਹ ਬੂਹ ਵਾਲੀ ਜਿੱਦ। ਵਿਆਹ ਬੂਹ ਹਰੇਕ ਦੀ ਕਿਸਮਤ 'ਚ ਥੋੜ੍ਹੀ ਹੁੰਦਾ, ਉਹ ਨਾਲੇ ਵਿਆਹ ਕਰਾ ਕੇ ਤਾਂ ਬੰਦੇ ਦੀ ਜ਼ਿੰਦਗੀ ਨਰਕ ਹੋ ਜਾਂਦੀ ਆ। ਹੋਰ ਛੱਡ ਖੜਾ ਬੋਲ। ਅੱਛਾ, ਜੇ ਗੱਲ ਆ ਨਾ, ਜੇ ਮੇਰੀ ਕਿਸਮਤ 'ਚ ਵਿਆਹ ਨਹੀਂ ਹੈਗਾ ਤਾਂ ਫਿਰ ਕਿਸੇ ਦੀ 'ਚ ਨਹੀਂ ਹੈਗਾ। ਮੈਂ ਕੋਈ ਗੱਲ ਨਹੀਂ, ਮੈਂ ਦੱਸ ਦਿੰਦਾ ਪਾਲੇ ਬਾਈ ਨੂੰ ਭਾਬੀ ਬਾਰੇ। ਪਤੰਦਰਾ ਆਣੇ ਨਾ ਕਹਿ, ਆਪਾਂ ਲੱਭਦੇ ਹਾਂ ਹੱਲ ਕੋਈ। ਤੈਨੂੰ ਪਤਾ ਤਾਂ ਹੈਗਾ ਮੇਰਾ ਦਿਲ ਕਿੰਨਾ ਹੌਲਾ, ਕੋਈ ਨਾ ਮੈਨੂੰ ਟੈਕ ਟੂਕ ਕਰਾ ਦੀ। ਮੈਂ ਕਰਦਾ ਪਾਲੇ ਬਾਈ ਨਾਲ ਗੱਲ, ਤੂੰ ਬੈਠ। ਹਾਂ ਕਰ ਹੱਲ ਕੋਈ, ਮੈਂ ਲਿਆਉਣਾ, ਕਰਦਾ ਬਾਈ ਨਾਲ ਗੱਲ। ਏ ਤੇਰੀ ਟੌਰ, ਅੱਜ ਤੂੰ ਮਾਰੇਗਾ ਕਿਸੇ ਨੂੰ ਅੱਜ। ਪਾਲੇ ਬਾਈ, ਪਾਲੇ ਬਾਈ, ਗੱਲ ਜੀ ਕਰਨੀ ਤੇਰੇ ਨਾਲ। ਬੋਲ ਪਾਲੇ ਬਾਈ, ਸਾਨੂੰ ਤਾਂ ਅੱਡ ਕਰ ਦੇ, ਜ਼ਮੀਨ 'ਚ ਵੱਡੀ ਪਾਲਾ। ਉਹ ਕੀ ਕਹਿ ਰਿਹਾ ਤੂੰ? ਹੋਰ ਬਾਈ, ਹੁਣ ਤੇਰਾ ਤਾਂ ਰਿਸ਼ਤਾ ਹੋਣਾ ਨਹੀਂ, ਤੇਰੇ ਚੱਕਰ 'ਚ ਅਸੀਂ ਵੀ ਛੜੇ ਰਹਿ ਗਏ। ਨਾ ਸਾਲਿਆ, ਤੈਨੂੰ ਕੀ ਲੱਗਦਾ ਮੈਂ ਛੜਾ ਰਹਿ ਗਿਆ? ਨਾਲੇ ਆ ਜ਼ਮੀਨ ਨੂੰ ਕੀ, ਆਪਣਾ ਬਾਪੂ ਮੇਰੇ ਨਾਲ ਮੁਰੱਬਾ ਕਰਾ ਕੇ ਗਿਆ। ਸਾਲਾ ਇੱਕ ਤਾਂ ਕੀਲਾ, ਉਹ ਵੀ ਤਕਾਉਣਾ, ਪਾਣੀ ਦੀ ਵਾਰੀ ਵੀ ਮੰਗ ਕੇ ਲਾਣੀ ਪੈਂਦੀ ਆ। ਬਾਈ ਸਾਨੂੰ ਨਹੀਂ ਪਤਾ, ਸਾਡਾ ਵਿਆਹ ਕਰਾ ਦੇ, ਪਹਿਲਾਂ ਕਰਾ ਛੋਟੇ ਦਾ, ਹੁਣ ਤਾਂ ਉਹਨੂੰ ਕੋਈ ਵਿਚਾਰੇ ਨੂੰ ਕੁੜੀ ਪਸੰਦ ਕਰਦੀ ਆ, ਕੱਲ੍ਹ ਨੂੰ ਉਹਨੂੰ ਵੀ ਕਿਸੇ ਨੇ ਪਸੰਦ ਨਹੀਂ ਕਰਨਾ। ਸਾਲੇ ਸ਼ਰਮ ਤਾਂ ਨਹੀਂ ਆਉਂਦੀ? ਵੱਡਾ ਭਾਈ ਹਲੇ ਕੁਵਾਰਾ ਫਿਰਦਾ, ਛੋਟਿਆਂ ਨੂੰ ਵਿਆਹ ਦਾ ਚਾਅ ਚੜਿਆ ਪਿਆ। ਜੇ ਮੈਂ ਵਿਆਹ ਕਰਾਉਣਾ ਹੁੰਦਾ ਕਦੋਂ ਦਾ ਕਰਾ ਲੈਂਦਾ। ਮੈਂ ਸਿਰਫ ਆਪਣੇ ਭਾਈਆਂ ਬਾਰੇ ਸੋਚਿਆ ਕਿ ਜੇ ਮੇਰੀ ਘਰ ਵਾਲੀ ਜੇ ਉੱਚੀ ਨੀਵੀਂ ਗੱਲ ਕਰੂ ਮੇਰੇ ਭਾਈਆਂ ਨੂੰ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋਣੀ। ਪਰ ਤੁਸੀਂ ਤਾਂ ਜਮੀ ਮਤਲਬ ਲਈ ਨਿਕਲੇ, ਸਿਰਫ ਆਪਣੇ ਬਾਰੇ ਸੋਚਿਆ।
चल भाई हुण रो के जाना दिखा, मेरा भी रोना निकल जू। चल गलती होगी, माफ कर दे। चल कोई नहीं, मैं भी हुण उन्ना के सोचूं जिन्ना के तुसी मेरे बारे सोचते हो। ਸਾਲੀ ਅੱਜ ਤਾਂ ਬਾਲੀਓ ਨਾਲੀ ਭਰ ਗਈ, ਗੋਹਾ ਬਾਲਾ ਗਿਰ ਗਿਆ ਲੱਗਦਾ ਅੱਜ। ਓਏ ਤੂੰ ਕਰਦਾ ਗੋਹਾ ਕੂੜਾ ਸਾਲਿਆ, ਰੋਜ਼ ਤੂੰ ਨਾਲੀ 'ਚ ਹੜਾ ਦਿੰਦਾ ਸਾਰਾ ਗੋਹਾ, ਜੀਣਾ ਦੁੱਬਰ ਕਰ ਰੱਖਿਆ ਤੈਂ ਮੁਸ਼ਕ ਨਾਲ। ਉਹ ਬਾਈ ਤੂੰ ਗਲਾਵਾਂ ਕਿਵੇਂ ਫੜਿਆ? ਜੱਗੀ ਓਏ, ਓ ਜੱਗੀ, ਓ ਬਾਈ, ਓ ਤੁਸੀਂ ਮੇਰੇ ਬਾਈ ਦਾ ਗਲਾਵਾਂ ਕਿਵੇਂ ਫੜਿਆ? ਓਏ ਓ ਪਾਲੇ ਬਾਈ, ਪਾਲੇ ਬਾਈ ਆਈ। गलती होगी, हुण अगे तूं नशे दा काम कर दे। ਪਾਲਾ ਬਾਈ ਆ ਖੱਤ ਦੀ ਲਕੀਰ ਓਏ, ਜੇ ਕਿਸੇ ਦੀ ਉਸ ਚ ਦਾਮਾ ਤਾਂ ਆ ਜਾਓ। ਪਾਲੇ ਸਿੰਘ ਦੇ ਭਾਈ ਨੇ ਇਹ, ਜਿਹੜਾ ਇਹਨਾਂ ਤੇ ਹੱਥ ਆਊ ਮੈਂ ਹੱਥੇ ਵੜ ਦੇਣਾ। ਦੇਖ ਲਾਂਗੇ ਤੁਹਾਨੂੰ ਛੜਿਆਂ ਨੂੰ, ਕਾਹਦੇ ਬੰਦੇ ਹੋ ਤੁਸੀਂ? ਜਨਾਨੀ ਕੋਈ ਤੁਹਾਨੂੰ ਦੰਦਾ ਨਹੀਂ। ਖੜਾ ਕਰੀ ਤੇਰੀ ਹੜਕ। ਓ ਭਾਈ, ਓ ਸਾਡਾ ਸਾਡਾ ਭਾਈ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਦੀ ਲੱਗੀ ਵੀਡੀਓ? ਉਮੀਦ ਕਰਦਾ ਵਧੀਆ ਲੱਗੀ ਹੋਊਗੀ। ਪਾਰਟ 2 ਬਹੁਤ ਹੀ ਸੋਹਣਾ ਬਣਿਆ ਸੀਗਾ, ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਅਤੇ ਕਮੈਂਟਸ 'ਚ ਦੱਸ ਜ਼ਰੂਰ ਦਿਓ ਯਾਰ ਤੁਹਾਨੂੰ ਕਿੱਦਾਂ ਲੱਗਦੀਆਂ ਨੇ ਵੀਡੀਓਜ਼, ਅਤੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰ ਦਿਓ ਇਸ ਵੀਡੀਓ ਨੂੰ ਤਾਂ ਕਿ ਸਾਨੂੰ ਪਤਾ ਲੱਗ ਸਕੇ ਤੁਹਾਨੂੰ ਵੀਡੀਓਜ਼ ਕਿੱਦਾਂ ਲੱਗ ਰਹੀਆਂ ਨੇ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇੰਸਟਾ 'ਤੇ ਰੀਲਸ ਬਣਾਉਂਦੇ ਹਾਂ ਅਸੀਂ, ਛੋਟੀਆਂ ਛੋਟੀਆਂ ਬੜੀਆਂ ਸੋਹਣੀਆਂ ਸੋਹਣੀਆਂ 1-1 ਮਿੰਟ ਦੀਆਂ ਕਲਿੱਪਸ, ਅਤੇ ਉਸ ਨੂੰ ਦੇਖਣ ਲਈ ਤੁਸੀਂ ਸਾਡੇ ਇੰਸਟਾਗ੍ਰਾਮ ਹੈਂਡਲ ਨੂੰ ਜ਼ਰੂਰ ਫੋਲੋ ਕਰ ਲਓ @jaggitv 'ਤੇ। ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਓ, ਅਤੇ ਉੱਥੇ ਵੀ ਜਿੱਥੇ ਤੁਸੀਂ ਵੀਡੀਓ ਦੇਖ ਰਹੇ ਹੋ ਜੱਗੀ ਟੀਵੀ ਦੇ ਨਾਮ ਨਾਲ ਬੈੱਲ ਦੀ ਆਪਸ਼ਨ ਆ ਰਹੀ ਹੋਊਗੀ, ਉਸ ਬੈੱਲ 'ਤੇ ਕਲਿੱਕ ਕਰਕੇ ਉਸ ਆਪਸ਼ਨ ਨੂੰ ਆਲ ਵੀਡੀਓਜ਼ 'ਤੇ ਕਰ ਲਓ। ਵੀਡੀਓਜ਼ ਬਹੁਤ ਘੈਂਟ ਘੈਂਟ ਆਉਣੀਆਂ ਨੇ, ਪਾਰਟ 3 ਇਸ ਤੋਂ ਵੀ ਕਿਤੇ ਜ਼ਿਆਦਾ ਔਸਮ ਆ। ਸੋ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਉੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਅਪਡੇਟਸ ਮਿਲਣਗੇ। ਅਤੇ ਪਿਆਰ ਬਣਾਈ ਰੱਖੋ, ਧੱਕ ਪਾਈ ਰੱਖੋ, ਅਤੇ ਫੱਟੇ ਚੱਕੀ ਰੱਖੋ।